ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਚੈਨਲ ਪੰਜਾਬ ਵੈਦਰ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਮੌਸਮ ਦੀ ਅਪਡੇਟ ਆਉਣ ਵਾਲੇ 3-4 ਦਿਨਾਂ ਦੀ ਲੈ ਕੇ ਹਾਜ਼ਰ ਹਾਂ ਕਿ 10 ਜਨਵਰੀ ਤੱਕ ਪੰਜਾਬ ਦੇ ਮੌਸਮ ਵਿੱਚ ਕੀ ਹਲਚਲ ਰਹੇਗੀ, ਇਹਨਾਂ ਦਿਨਾਂ ਦੌਰਾਨ ਕਦੋਂ ਮੌਸਮ ਵਿਗੜਨ ਦੇ ਆਸਾਰ ਨੇ ਅਤੇ ਕਦੋਂ ਸਾਫ਼ ਰਹੇਗਾ। ਸੋ ਸਾਰੀ ਡਿਟੇਲ ਇਹਨਾਂ ਦਿਨਾਂ ਦੀ ਜੋ ਵੀ ਹੋਵੇਗੀ, ਧੁੰਦ ਦੀ, ਹਵਾ ਦੀ, ਤਾਪਮਾਨ ਸਭ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਵੀਡੀਓ ਵਿੱਚ। ਸੋ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤਾਂ ਜੋ ਸਾਰੀ ਜਾਣਕਾਰੀ ਤੁਹਾਨੂੰ ਮਿਲ ਸਕੇ ਅਤੇ ਨਾਲ ਚੈਨਲ ਪੰਜਾਬ ਵੈਦਰ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਤਾਂ ਜੋ ਆਉਣ ਵਾਲੇ ਸਮੇਂ ਦੀ ਜੋ ਮੌਸਮ ਦੀ ਅਪਡੇਟ ਆ ਉਹ ਸਮੇਂ-ਸਮੇਂ 'ਤੇ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਜਿਵੇਂ ਕਿ ਪਹਿਲਾਂ ਆਪਾਂ ਹੁਣ ਦੀ ਤਾਜ਼ਾ ਸੈਟੇਲਾਈਟ ਤਸਵੀਰ ਦੇ ਆਧਾਰ 'ਤੇ ਦੇਖ ਰਹੇ ਹਾਂ ਕਿ ਇਸ ਵੇਲੇ ਪੰਜਾਬ ਦਾ ਜੋ ਮੌਸਮ ਹੈ ਲਗਭਗ ਬੱਦਲਵਾਈ ਰਹਿਤ ਹੈ। ਪੂਰਾ ਉੱਤਰ ਪੱਛਮੀ ਭਾਰਤ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਲੈ ਕੇ ਪੱਛਮੀ ਯੂਪੀ ਨਾਲ ਪਹਾੜੀ ਇਲਾਕੇ ਇਸ ਵੇਲੇ ਸਾਫ਼ ਬਣੇ ਹੋਏ ਨੇ, ਕਿਉਂਕਿ ਜੋ ਸਿਸਟਮ ਮੱਧ ਪੰਜਾਬ ਤੋਂ ਉੱਠ ਕੇ ਪੰਜਾਬ ਵੱਲ ਨੂੰ ਆ ਰਿਹਾ ਸੀ ਉਹ ਹੁਣ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਅਤੇ ਕੋਈ ਵੀ ਹੁਣ WDV ਇਸ ਵੇਲੇ ਕਿਰਿਆਸ਼ੀਲ ਰੂਪ ਵਿੱਚ ਨਹੀਂ ਹੈ। ਸੋ ਜਿਸ ਦੇ ਚੱਲਦੇ ਪੰਜਾਬ ਦਾ ਮੌਸਮ ਜਿਹੜਾ ਆਪਾਂ ਨੂੰ ਜ਼ਿਆਦਾਤਰ ਬੱਦਲਵਾਈ ਰਹਿਤ ਦੇਖਣ ਨੂੰ ਮਿਲੇਗਾ 7 ਅਤੇ 8 ਜਨਵਰੀ ਨੂੰ। ਅਤੇ ਇਹਨਾਂ ਦਿਨਾਂ ਦੀ ਜੇਕਰ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਆਪਾਂ ਨੂੰ ਜ਼ਿਆਦਾਤਰ ਉੱਤਰ ਪੱਛਮੀ ਦਿਸ਼ਾ ਤੋਂ ਦੇਖਣ ਨੂੰ ਮਿਲਣਗੀਆਂ। ਦਿਨ ਦੇ ਸਮੇਂ ਹਵਾਵਾਂ ਦੀ ਰਫ਼ਤਾਰ ਚੰਗੀ ਹੋਵੇਗੀ, ਜਿਹੜੀ 10 ਤੋਂ ਲੈ ਕੇ ਵੱਖ ਵੱਖ ਇਲਾਕਿਆਂ ਵਿੱਚ 25 ਕਿਲੋਮੀਟਰ ਤੱਕ ਜਾ ਸਕਦੀ ਹੈ। ਅਤੇ ਰਾਤ ਦੇ ਵੇਲੇ ਹਵਾਵਾਂ ਦੀ ਗਤੀ ਵਿੱਚ ਥੋੜ੍ਹੀ ਜਿਹੀ ਕਮੀ ਦੇਖਣ ਨੂੰ ਮਿਲੇਗੀ। ਅਤੇ ਇਹ ਹਵਾਵਾਂ ਦਾ ਜੋ ਦੌਰ ਹੈ ਲਗਭਗ 10 ਜਨਵਰੀ ਤੱਕ ਇਸੇ ਤਰ੍ਹਾਂ ਉੱਤਰ ਪੱਛਮੀ ਹਵਾਵਾਂ ਚੱਲਦੀਆਂ ਰਹਿਣਗੀਆਂ। ਪਹਾੜੀ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ ਅਤੇ ਸ਼ੀਤ ਪੱਛਮੀ ਖੁਸ਼ਕ ਹਵਾਵਾਂ ਚੱਲਣ ਦੇ ਕਾਰਨ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਦੇ ਵਿੱਚ ਆਪਾਂ ਥੋੜ੍ਹੀ ਜਿਹੀ ਕਟੌਤੀ ਦੇਖਣ ਨੂੰ ਮਿਲੇਗੀ, ਪਰ ਜ਼ਿਆਦਾ ਤਾਪਮਾਨ ਇਸ ਵਾਰ ਨਹੀਂ ਡਿੱਗਣ ਦੇ ਅਸਾਰ। ਅਤੇ ਜਿਹੜੇ ਘੱਟੋ ਘੱਟ ਤਾਪਮਾਨ ਇਸ ਵੇਲੇ 10 ਡਿਗਰੀ ਤੋਂ ਪਾਰ ਬਣ ਗਏ ਸਨ ਤਾਂ ਉਹ ਹੁਣ ਘੱਟ ਕੇ ਲਗਭਗ 7-8 ਡਿਗਰੀ ਦੇ ਆਸ ਪਾਸ ਆ ਜਾਣਗੇ, ਪਰ ਫਿਰ ਵੀ ਪਹਿਲਾਂ ਜਿੰਨੀ ਸ਼ੀਤ ਲਹਿਰ ਦਾ ਜ਼ੋਰ ਨਹੀਂ ਹੋਏਗਾ। ਅਤੇ ਜੋ ਦਿਨ ਦੇ ਵੱਧੋ ਵੱਧ ਤਾਪਮਾਨ ਹੋਣਗੇ ਉਹ 15-18 ਡਿਗਰੀ ਦੇ ਲਗਭਗ ਵੱਖ ਵੱਖ ਇਲਾਕਿਆਂ ਵਿੱਚ ਬਣੇ ਰਹਿਣਗੇ। ਅਤੇ ਜਦੋਂ ਤਾਪਮਾਨ 12-14 ਡਿਗਰੀ 'ਤੇ ਆ ਜਾਂਦੇ ਨੇ ਤਾਂ ਉਸ ਸਮੇਂ ਕੋਲਡ ਡੇ ਵਰਗਾ ਮਾਹੌਲ ਹੋ ਜਾਂਦਾ ਹੈ। ਅਤੇ ਇਸ ਵਾਰ ਜਿਹੜੇ ਤਾਪਮਾਨ ਨੇ ਉਹ ਲਗਭਗ 15 ਡਿਗਰੀ ਤੋਂ ਜ਼ਿਆਦਾ ਹੀ ਬਣੇ ਰਹਿਣ ਦੇ ਆਸਾਰ ਨੇ। ਪਰ ਜਿਉਂ ਜਿਉਂ ਇਹ ਪੱਛਮੀ ਹਵਾਵਾਂ ਲਗਾਤਾਰ ਚੱਲਦੀਆਂ ਰਹਿਣਗੀਆਂ, ਪਹਾੜੀ ਬਰਫੀਲੀਆਂ ਹਵਾਵਾਂ ਮੈਦਾਨੀ ਭਾਗਾਂ ਵਿੱਚ ਪਹੁੰਚਦੀਆਂ ਰਹਿਣਗੀਆਂ ਤਾਂ ਉਸ ਦੇ ਚੱਲਦੇ ਤਾਪਮਾਨ ਵਿੱਚ ਕਟੌਤੀ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਜਾਰੀ ਰਹੇਗੀ। ਅਤੇ ਜੇਕਰ ਆਪਾਂ ਧੁੰਦ ਦੀ ਗੱਲ ਕਰੀਏ ਤਾਂ ਧੁੰਦ ਵੀ ਆਪਾਂ ਨੂੰ ਹੁਣ ਸਵੇਰ ਦੇ ਸਮੇਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗੀ ਆਉਣ ਵਾਲੇ 3-4 ਦਿਨਾਂ ਤੱਕ, ਕਿਉਂਕਿ ਜੋ ਤਾਜ਼ਾ ਬਰਸਾਤ ਹੋਈ ਹੈ ਪੰਜਾਬ ਦੇ ਇਲਾਕਿਆਂ ਵਿੱਚ ਅਤੇ ਉਸ ਤੋਂ ਬਾਅਦ ਹੁਣ ਧੁੱਪ ਲੱਗੇਗੀ ਤਾਂ ਧੁੰਦ ਪੈਣੀ ਲਾਜ਼ਮੀ ਹੈ। ਕੁਝ ਇਲਾਕਿਆਂ ਵਿੱਚ ਹਲਕੀ ਦਰਮਿਆਨੀ ਅਤੇ ਕਈ ਭਾਗਾਂ ਦੇ ਵਿੱਚ ਸੰਘਣੀ ਧੁੰਦ ਦਾ ਜਿਹੜਾ ਮਾਹੌਲ ਆ ਉਹ ਦੇਖਣ ਨੂੰ ਮਿਲਿਆ ਕਰੇਗਾ। ਅਤੇ ਇਹਨਾਂ ਦਿਨਾਂ ਦੌਰਾਨ ਬੱਦਲਵਾਈ ਆ ਜਿਹੜੀ ਹਲਕੀ ਟੁੱਟਵੀਂ ਦੇਖਣ ਨੂੰ ਮਿਲਦੀ ਰਹੇਗੀ, ਪਰ ਕੋਈ ਜ਼ਿਆਦਾ ਸੰਘਣੀ ਬਰਸਾਤੀ ਗਤੀਵਿਧੀਆਂ ਵਾਲੇ ਜਿਹੜੀ ਬੱਦਲਵਾਈ ਆ ਨਹੀਂ ਹੋਵੇਗੀ। ਮੌਸਮ ਪੰਜਾਬ ਦਾ ਮੀਂਹ ਰਹਿਤ ਖੁਸ਼ਕ ਰਹੇਗਾ 10 ਜਨਵਰੀ ਤੱਕ। ਅਤੇ ਉਸ ਤੋਂ ਬਾਅਦ ਜਿਹੜੀ ਅਗਲੀ ਰਿਪੋਰਟ ਆਵੇਗੀ ਉਹ ਆਪਾਂ ਅਗਲੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋ ਜਾਵਾਂਗੇ। ਸੋ ਬਾਕੀ ਲਗਾਤਾਰ ਮੌਸਮੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਬਣੇ ਰਹੋ। ਧੰਨਵਾਦ ਜੀ।